Hello guys, welcome to Lockdown Tech Study YouTube channel. So today is the topic of Viva questions of C++. आज अपन C++ दे विच पूछे जाने वाले कुछ questions दा जिधे या वो देख दिया कि केड़े केड़े questions हो सकते उन्हें तो मैं एक list बनाई है जिधे number of questions जिधे या था नू C++ दे practical दे विच Viva दे विच था नू पूछे जा सकते या so एक ता ही जिधे या थर्ड उत्ते base कर दाया मतलब कि थर्ड syllabus दे उत्ते based आ कि थर्ड syllabus दे विच केड़े केड़े topic है गया so वो दे according ਕੀ ਜਿਹੜੇ ਕੁਐਸਚਨਸ ਆ ਪਹਿਲਾਂ ਤਾਂ ਉਹ ਤੁਹਾਨੂੰ ਪੁੱਛੇ ਜਾਂਦੇ ਆ ਸੋ ਦੂਸਰੀ ਗੱਲ ਇਹ ਹੁੰਦੀ ਆ ਕਿ C++ ਦੇ ਵਿੱਚ ਅਗਰ ਤੁਸੀਂ ਕੋਈ ਪ੍ਰੋਗਰਾਮ ਬਣਾ ਰਹੇ ਆ ਪ੍ਰੋਗਰਾਮ ਦੇ ਵਿੱਚ ਕਿਹੜੀਆਂ-ਕਿਹੜੀਆਂ ਹੈਡਰ ਫਾਈਲਸ ਆ ਕਿਹੜੀ-ਕਿਹੜੀ ਟੈਕਨੀਕਸ ਉਹਦੇ ਵਿੱਚ ਯੂਜ਼ ਕੀਤੀਆਂ ਗਈਆਂ ਆ ਕਿਹੜੀਆਂ ਪ੍ਰੀ ਪ੍ਰੋਸੈਸਰ ਡਾਇਰੈਕਟਰੀਜ਼ ਆ ਉਹਨਾਂ ਸਾਰਿਆਂ ਦੇ ਬਾਰੇ ਜਿਹੜੀ ਕਿ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਆ ਜੇ ਤੁਹਾਨੂੰ ਉਹਨਾਂ ਦੇ ਬਾਰੇ ਨੌਲੇਜ ਹੈਗੀ ਆ ਦੈਨ ਤੁਸੀਂ C++ ਦਾ ਵਾਇਵਾ ਆਸਾਨੀ ਨਾਲ ਜਿਹੜਾ ਆ ਕਲੀਅਰ ਕਰ ਲਓਗੇ ਸੋ ਇਹਦੇ ਵਿੱਚ ਮੰਨ ਲਓ ਕਿ ਤੁਹਾਨੂੰ ਜਿੱਦਾਂ ਕਿ ਤੁਹਾਨੂੰ ਤੁਹਾਡੇ ਐਗਜ਼ਾਮਿਨਰ ਨੇ ਜਿਹੜਾ ਆ ਕੋਈ ਵੀ ਕੋਈ ਪ੍ਰੋਗਰਾਮ ਦੇ ਸਕਦੇ ਆ ਉਹ ਪ੍ਰੈਕਟੀਕਲ ਕਰਨ ਦੇ ਤੁਹਾਨੂੰ ਕੋਈ ਪ੍ਰੋਗਰਾਮ ਓਵਰਲੋਡਿੰਗ ਦਾ ਸਪੋਜ਼ ਦੇ ਦਿੱਤਾ ਉਹਨਾਂ ਨੇ ਓਵਰਲੋਡਿੰਗ ਦਾ ਉਹਨਾਂ ਨੇ ਤੁਹਾਨੂੰ ਜਿਹੜਾ ਫੰਕਸ਼ਨ ਓਵਰਲੋਡਿੰਗ ਦਾ ਤੁਹਾਨੂੰ ਕੋਈ ਪ੍ਰੋਗਰਾਮ ਪਲੇ ਕਰਨ ਨੂੰ ਕਿਹਾ ਤਾਂ ਹੁਣ ਉਸ ਦੇ ਵਿੱਚ ਕਿਹੜੇ ਫੰਕਸ਼ਨਸ ਯੂਜ਼ ਹੋ ਰਹੇ ਆ ਕੀ ਉਹਦੇ ਵਿੱਚ ਯੂਜ਼ ਹੋ ਰਿਹਾ ਆ ਕੀ ਨਹੀਂ ਯੂਜ਼ ਹੋ ਰਿਹਾ ਕਿਉਂ ਯੂਜ਼ ਹੋ ਰਿਹਾ ਆ ਉਹਦੇ ਨਾਲ ਰਿਲੇਟਡ ਉਹ ਜਿਹੜੇ ਸਾਰੀ ਕੁਐਸਚਨਿੰਗ ਆ ਤੁਹਾਨੂੰ ਉਹ ਪੁੱਛ ਸਕਦੇ ਆ ਅਗਰ ਤੁਸੀਂ ਕੋਈ ਵੀ ਪ੍ਰੋਗਰਾਮ ਜਿਹੜਾ ਰੈਡੀ ਕਰਕੇ ਜਾਂਦੇ ਹੋ ਆਪਣੇ ਵਾਇਵਾ ਦੇ ਲਈ ਸੋ ਉਸ ਦੇ ਬਾਰੇ ਵਿੱਚ ਤੁਹਾਨੂੰ ਸਾਰਾ ਡਿਟੇਲ ਵਿੱਚ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਕਰਲੀ ਬ੍ਰੇਸਿਸ ਦਾ ਕੀ ਕੰਮ ਹੁੰਦਾ ਇੱਥੇ ਗੈਟ ਸੀ ਐਚ ਲਗਾਉਣ ਦਾ ਕੀ ਮਤਲਬ ਆ ਇੱਥੇ ਹੈਡਰ ਫਾਈਲਸ ਵਾਲੀ ਇਹ ਵਾਲੀ ਹੈਡਰ ਫਾਈਲਸ ਲਾਉਣ ਦਾ ਮਤਲਬ ਕੀ ਆ console.h ਦਾ ਕੀ ਹੁੰਦਾ ਹੈ ਮਤਲਬ iostream.h ਦਾ ਕੀ ਮਤਲਬ ਹੁੰਦਾ ਆ ਸੋ ਆ ਜਿਹੜੇ ਆਪਾਂ c in and c out ਯੂਜ਼ ਕਰਦੇ ਆ ਸੋ ਉਹਨਾਂ ਦਾ ਕੀ ਪਰਪਸ ਹੁੰਦਾ ਆ c in c out ਤੁਸੀਂ ਯੂਜ਼ ਕਰਦੇ ਹੋ ਨਾ ਇਸ ਤਰ੍ਹਾਂ ਸੋ ਇਹਨਾਂ ਦਾ ਕੀ ਪਰਪਸ ਹੁੰਦਾ ਆ ਜਿਹੜੇ ਲਗਾਏ ਜਾਂਦੇ ਆ ਇਹ ਹੁੰਦਾ ਹੈ get from ਔਰ ਇਹ ਹੁੰਦਾ ਆ put to ਸੋ ਇਹ ਵਾਲੇ ਜਿਹੜੇ ਆ ਇਹ ਕਿਉਂ ਯੂਜ਼ ਕੀਤੇ ਜਾਂਦੇ ਆ ਇਹਨਾਂ ਦਾ ਮਤਲਬ ਕੀ ਹੁੰਦਾ ਆ ਸੋ ਇਹਨਾਂ ਨੂੰ ਜਿਹੜਾ ਹੈ ਤੁਹਾਨੂੰ ਜਿਹੜਾ ਬੇਸਿਕ ਜਾਣਕਾਰੀ ਹੋਊਗੀ ਦੈਨ ਤੁਸੀਂ ਜਿਹੜਾ ਈਜ਼ੀਲੀ ਆਪਣਾ ਜਿਹੜਾ ਵਾਇਵਾ ਦਾ ਐਗਜ਼ਾਮ ਆ ਉਹਨੂੰ ਕਲੀਅਰ ਕਰ ਪਾਓਗੇ ਸੋ ਇਹ ਕੁਝ ਲਿਸਟ ਆ ਮੈਂ ਬਣਾਈ ਹੋਈ ਇਹਨਾਂ ਦੇ ਬਾਰੇ ਆਪਾਂ ਦੇਖ ਲੈਂਦੇ ਕਿ ਕਿਹੜੇ-ਕਿਹੜੇ ਕੁਐਸਚਨਸ ਆ ਜਿਹੜੇ ਪੁੱਛੇ ਜਾ ਸਕਦੇ ਆ ਸੋ ਸਭ ਤੋਂ ਪਹਿਲਾਂ ਹੈਗਾ ਆਪਣੇ ਕੋ ਵਟ ਇਜ਼ ਓਪਸ ਹਿਸਟਰੀ ਐਂਡ ਐਡਵਾਂਟੇਜਸ ਆਫ ਸੀ ਪਲੱਸ ਪਲੱਸ ਦੇਖੋ ਤੁਹਾਨੂੰ ਓਪਸ ਬਾਰੇ ਪਤਾ ਹੋਣਾ ਚਾਹੀਦਾ ਕਿ ਓਪਸ ਦੀ ਫੁੱਲ ਫਾਰਮ ਕੀ ਹੁੰਦੀ ਆ ਓਪਸ ਕਿਉਂ ਯੂਜ਼ ਕੀਤੀ ਗਈ ਜਦਕਿ ਆਪਣੇ ਕੋਲ ਪ੍ਰੋਗਰਾਮਿੰਗ ਇਨ ਸੀ ਆਲਰੇਡੀ ਹੈਗੀ ਸੀਗੀ ਹੈ ਨਾ ਉਹ ਆਪਾਂ ਯੂਜ਼ ਕਰ ਰਹੇ ਸੀ ਉਹਦੇ ਵਿੱਚ ਪ੍ਰੋਗਰਾਮਿੰਗ ਪਲੇ ਹੁੰਦੇ ਸੀਗੇ ਤਾਂ ਸੀ ਪਲੱਸ ਪਲੱਸ ਬਣਾਉਣ ਦੀ ਕੀ ਜ਼ਰੂਰਤ ਪਈ ਤਾਂ ਉਹਦੇ ਬਾਰੇ ਤੁਹਾਨੂੰ ਜਿਹੜੀ ਆ ਉਹ ਨੌਲੇਜ ਹੋਣੀ ਚਾਹੀਦੀ ਕਿ ਓਪਸ ਕਿਉਂ ਡਿਵੈਲਪ ਕੀਤੀ ਗਈ ਠੀਕ ਹੈ ਕਿਉਂਕਿ ਜਿਹੜੀ ਪੁਰਾਣੀ ਪ੍ਰੋਗਰਾਮਿੰਗ ਇਨ ਸੀ ਸੀ ਉਹਦੇ ਵਿੱਚ ਕੁਝ ਨਾ ਕੁਝ ਕਮੀਆਂ ਹੋਣਗੀਆਂ ਇਸੇ ਕਰਕੇ ਜਿਹੜੀ ਹੈ ਨਵੀਂ ਸੀ ਪਲੱਸ ਪਲੱਸ ਮਤਲਬ ਓਪਸ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਲੈਂਗੁਏਜ ਜਿਹੜੀ ਆ ਉਹ ਬਣਾਈ ਗਈ ਇਸੇ ਲਈ ਬਣਾਈ ਗਈ ਤਾਂ ਕਿ ਉਹਦੇ ਵਿੱਚ ਕਿਉਂਕਿ ਥੋੜੀਆਂ ਕੁਝ ਕਮੀਆਂ ਸੀਗੀਆਂ ਸੋ ਇਹਦੀ ਹਿਸਟਰੀ ਬਾਰੇ ਪਤਾ ਹੋਣਾ ਚਾਹੀਦਾ ਆ ਕਿ ਇਹ ਕਿਹਨਾਂ ਨੇ ਡਿਵੈਲਪ ਕੀਤੀ ਸੀ ਕਿਹੜੀ ਲੈਬ ਦੇ ਵਿੱਚ ਇਹ ਡਿਵੈਲਪ ਹੋਈ ਸੀ ਕਿਹੜਾ ਈਅਰ ਸੀ ਤਾਂ ਥੋੜੀ ਜੀ ਤੁਹਾਨੂੰ ਹਿਸਟਰੀ ਜ਼ਰੂਰ ਪਤਾ ਹੋਣੀ ਚਾਹੀਦੀ ਆ ਥਰਡ ਹੈਗਾ ਐਡਵਾਂਟੇਜਸ ਆਫ ਸੀ ਪਲੱਸ ਪਲੱਸ ਹੁਣ ਦੇਖੋ ਐਡਵਾਂਟੇਜਸ ਐਂਡ ਕਾਤੇ ਬਣਾਈ ਗਈ ਓਪਸ ਦੋਨੋਂ ਸੇਮ ਹੀ ਆ ਸਿਮਿਲਰ ਆ ਆਬਵੀਅਸਲੀ ਸੀ ਤੋਂ ਜਿਹੜੀਆਂ ਇਹਦੀਆਂ ਐਡਵਾਂਟੇਜਸ ਜ਼ਿਆਦਾ ਹੋਣਗੀਆਂ ਇਟ ਮੀਨਸ ਤੁਸੀਂ ਇਹਦੀਆਂ ਐਡਵਾਂਟੇਜਸ ਜਿਹੜੀਆਂ ਕਰੈਕਟਰਿਸਟਿਕਸ ਜਿਹੜੀਆਂ ਸੀ ਪਲੱਸ ਪਲੱਸ ਦੀਆਂ ਉਹ ਵੀ ਜ਼ਰੂਰ ਯਾਦ ਕਰਨੀਆਂ ਕਿਉਂਕਿ ਉਹ ਵੀ ਤੁਹਾਨੂੰ ਕੁਐਸਚਨ ਪੁੱਟ ਕੀਤਾ ਜਾ ਸਕਦਾ ਆ ਸੋ ਸੈਕਿੰਡ ਹੈਗਾ ਆਪਣੇ ਕੋ ਅਪਰੋਚਸ ਆਫ ਓਪਸ ਅਪਰੋਚਸ ਮਤਲਬ ਕਿ ਆਈਡੀਆਜ਼ ਕਿਹੜੇ ਕਿਹੜੇ ਹੋ ਸਕਦੇ ਜਿਨ੍ਹਾਂ ਤੋਂ ਜਿਹੜੀ ਓਪਸ ਆ ਉਹ ਬਣਦੀ ਆ ਸੋ ਮਤਲਬ ਕਿ ਸੀ ਦੇ ਵਿੱਚ ਆਪਾਂ ਕੀ ਸੀਗਾ ਨਾ ਤਾਂ ਆਬਜੈਕਟ ਯੂਜ਼ ਕੀਤੇ ਜਾਂਦਾ ਅਬਸਟ੍ਰੈਕਸ਼ਨ ਇਨਕੈਪਸੂਲੇਸ਼ਨ ਕਲਾਸ ਇਨਹੈਰੀਟੈਂਸ ਇਹ ਜਿਹੜੇ ਸੀ ਸੀ ਦੇ ਵਿੱਚ ਨਹੀਂ ਯੂਜ਼ ਕੀਤੇ ਜਾਂਦੇ ਸੀ ਇਹ ਵੀ ਇਹਦੀਆਂ ਇੱਕ ਕਰੈਕਟਰਿਸਟਿਕਸ ਆ ਕਿ ਇਹ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਆ ਸੋ ਇਹਨਾਂ ਦੇ ਬਾਰੇ ਤੁਹਾਨੂੰ ਜਿਹੜਾ ਹੈ ਕੁਐਸਚਨ ਡਿਟੇਲ ਵਿੱਚ ਪੁੱਛਿਆ ਜਾ ਸਕਦਾ ਜਾਂ ਤਾਂ ਤੁਹਾਨੂੰ ਉਹ ਕਹਿ ਸਕਦੇ ਆ ਕਿ ਆਬਜੈਕਟ ਕੀ ਹੁੰਦਾ ਹੈ ਨਾ ਆਬਜੈਕਟ ਬਾਰੇ ਤੁਹਾਨੂੰ ਪੁੱਛ ਰਹੇ ਆ ਤਾਂ ਤੁਸੀਂ ਦੱਸਣਾ ਕਿ ਆਬਜੈਕਟ ਕਿਹੜੇ ਹੁੰਦੇ ਆ ਸੀ ਇਨ ਸੀ ਆਊਟ ਵਗੈਰਾ ਇਹ ਕੀ ਆਪਣੇ ਆਬਜੈਕਟ ਆ ਸੋ ਆਬਜੈਕਟ ਕੀ ਹੁੰਦੇ ਆ ਸੋ ਨੈਕਸਟ ਹੈਗਾ ਅਬਸਟ੍ਰੈਕਸ਼ਨਸ ਡੇਟਾ ਅਬਸਟ੍ਰੈਕਸ਼ਨ ਵਗੈਰਾ ਇਹ ਸਭ ਕੀ ਹੁੰਦਾ ਆ ਉਹਦੇ ਬਾਰੇ ਜਿਹੜਾ ਥੋੜਾ ਥੋੜਾ ਤੁਸੀਂ ਇਹ ਤੁਹਾਡੇ ਸਾਰੇ ਹਮੇਸ਼ਾ ਫਸਟ ਜਿਹੜਾ ਓਪਸ ਦਾ ਫਸਟ ਚੈਪਟਰ ਹੁੰਦਾ ਹਿਸਟਰੀ ਤੋਂ ਬਾਅਦ ਤੁਹਾਨੂੰ ਜਿਹੜੀਆਂ ਇਹਦੀਆਂ ਪ੍ਰੈਕਟਿਸਟਿਕਸ ਹੀ ਦਿੱਤੀਆਂ ਜਾਂਦੀਆਂ ਆ ਸੋ ਇਹਦੀਆਂ ਪ੍ਰੈਕਟਿਸਟਿਕਸ ਦੇ ਵਿੱਚ ਹੀ ਇਹ ਜਿਹੜੇ ਆਉਂਦੇ ਆ ਸੋ ਅਬਸਟ੍ਰੈਕਸ਼ਨ ਬਾਰੇ ਜਿਹੜਾ ਤੁਹਾਨੂੰ ਕੁਐਸਚਨ ਪੁੱਟ ਕੀਤਾ ਜਾ ਸਕਦਾ ਨੈਕਸਟ ਉਹ ਤੁਹਾਨੂੰ ਪੁੱਛ ਸਕਦੇ ਇਨਕੈਪਸੂਲੇਸ਼ਨ ਕੀ ਹੁੰਦੀ ਆ ਇਹ ਸੀ ਦੇ ਵਿੱਚ ਯੂਜ਼ ਨਹੀਂ ਹੁੰਦੀ ਸੀਗੀ ਤਾਂ ਇਹਦੇ ਵਿੱਚ ਯੂਜ਼ ਕੀਤੀ ਜਾਂਦੀ ਇਹਦਾ ਕੀ ਪਰਪਸ ਹੁੰਦਾ ਇਹਦੇ ਵਿੱਚ ਯੂਜ਼ ਕਰਨ ਦਾ ਸੋ ਇਸ ਤਰ੍ਹਾਂ ਦਾ ਕੁਐਸਚਨ ਹੋ ਸਕਦਾ ਕਲਾਸ ਕਲਾਸ ਇਹਦੇ ਵਿੱਚ ਕਿਉਂ ਬਣਾਈਆਂ ਜਾਂਦੀਆਂ ਆ ਕਲਾਸਿਸ ਦਾ ਕੀ ਪਰਪਸ ਆ ਸੋ ਇਸ ਤਰ੍ਹਾਂ ਦਾ ਕੁਐਸਚਨ ਪੁੱਟ ਕਰ ਸਕਦੇ ਆ ਇਨਹੈਰੀਟੈਂਸ ਇਨਹੈਰੀਟੈਂਸ ਕੀ ਹੁੰਦਾ ਆ ਇਨਹੈਰੀਟੈਂਸ ਇਹਦੇ ਵਿੱਚ ਕਿਉਂ ਯੂਜ਼ ਕੀਤਾ ਜਾਂਦਾ ਆ
ਦੇਖੋ ਜਿਹੜਾ ਹੁਣ ਇਹ ਕਲਾਸ ਦਾ ਕੁਐਸਚਨ ਆ, ਅਗਰ ਤੁਹਾਨੂੰ ਪੁੱਛਦੇ ਆ ਕਿ ਕਲਾਸ ਜਿਹੜੀ ਆ ਤੁਸੀਂ ਕੋਈ ਬਣਾ ਕੇ ਦਿਖਾਓ, ਤਾਂ ਤੁਸੀਂ ਕੋਈ ਨਾ ਕੋਈ ਛੋਟਾ ਜਿਹਾ ਪ੍ਰੋਗਰਾਮ ਜਿਹੜਾ ਆ ਜ਼ਰੂਰ ਲਰਨ ਕਰਕੇ ਰੱਖੋ, ਜਿਹਦੇ ਵਿੱਚ ਆਪਣੇ ਆਬਜੈਕਟ ਐਬਸਟ੍ਰੈਕਸ਼ਨ ਕੈਪਸੂਲੇਸ਼ਨ ਕਲਾਸ ਇਨਹੈਰੀਟੈਂਸ ਨੂੰ ਤੁਸੀਂ ਡਿਫਾਈਨ ਕਰ ਸਕਦੇ। ਮਤਲਬ ਇੱਕ ਹੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਮਿਲ ਜਾਣ, ਤੁਹਾਨੂੰ ਪਤਾ ਲੱਗ ਜਾਵੇ, ਤੁਸੀਂ ਉਹਦੇ ਵਿੱਚ ਹੀ ਸਾਰਾ ਜਿਹੜਾ ਆ ਉਹਨੂੰ ਡਿਫਾਈਨ ਕਰ ਸਕੋ ਕਿ ਇਹ ਕਲਾਸ ਹੁੰਦੀ ਆ, ਇਹ ਆਬਜੈਕਟ ਹੁੰਦਾ, ਇਹ ਇਨਹੈਰੀਟੈਂਸ ਇੱਥੇ ਯੂਜ਼ ਕੀਤਾ ਗਿਆ ਜਾਂ ਇੱਥੇ ਨਹੀਂ ਯੂਜ਼ ਕੀਤਾ ਗਿਆ। ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਪ੍ਰੋਗਰਾਮ ਛੋਟਾ ਜਿਹਾ ਲਰਨ ਜ਼ਰੂਰ ਕਰ ਲੈਣਾ, ਤੁਹਾਨੂੰ ਪੁੱਛ ਸਕਦੇ ਆ, ਕੋਈ ਵੀ ਪ੍ਰੋਗਰਾਮ ਛੋਟਾ ਜਿਹਾ ਤੁਹਾਨੂੰ ਲਿਖਵਾ ਸਕਦੇ ਆ। ਸੋ ਇਸ ਕਰਕੇ ਉਹ ਜ਼ਰੂਰ ਦੇਖ ਲੈਣਾ ਤੁਸੀਂ। ਸੋ ਨੈਕਸਟ ਹੈਗਾ ਆਪਣੇ ਕੋਲ, ਵਟ ਇਜ਼ ਪ੍ਰੀ ਪ੍ਰੋਸੈਸਰ ਡਾਇਰੈਕਟਰੀਜ਼ ਔਰ ਹੈਡਰ ਫਾਈਲਸ। ਦੇਖੋ ਪ੍ਰੀ ਪ੍ਰੋਸੈਸਰ ਡਾਇਰੈਕਟਰੀਜ਼ ਕਿਹੜੀਆਂ ਹੋਗੀਆਂ, ਜਿਹੜੀਆਂ ਕਿ ਆਪਣੇ ਕੋਲ ਹੈਡਰ ਫਾਈਲਸ ਹੁੰਦੀਆਂ, ਜਿੱਦਾਂ ਕਿ ਹੈਸ਼ ਇਨਕਲੂਡ ਵਗੈਰਾ, ਇਹ ਸਾਰੀਆਂ ਕੀ ਹੁੰਦੀਆਂ ਆਪਣੀਆਂ ਹੈਡਰ ਫਾਈਲਸ, ਪ੍ਰੀ ਪ੍ਰੋਸੈਸਰ ਡਾਇਰੈਕਟਰੀਜ਼। ਸੋ ਇਹਨਾਂ ਦੇ ਬਾਰੇ ਵੀ ਕੁਐਸਚਨ ਪੁੱਟ ਕੀਤਾ ਜਾਂਦਾ ਆ। ਸੋ ਆਇਓ ਸਟ੍ਰੀਮ ਦਾ ਕੀ ਪਰਪਜ਼ ਹੁੰਦਾ, ਕੰਸੋਲ ਦਾ ਕੀ ਹੁੰਦਾ ਆ, ਮੈਥ ਡੋਟ ਐਚ ਕਿਉਂ ਯੂਜ਼ ਕੀਤੀ ਜਾਂਦੀ ਆ, ਮੈਥ ਡੋਟ ਐਚ ਜਿੱਦਾਂ ਕਿ ਆਪਾਂ ਕੈਲਕੂਲੇਸ਼ਨ ਦੀ ਵੀ ਯੂਜ਼ ਕਰਦੇ ਹਾਂ। ਸੋ ਇਸ ਕਰਕੇ ਤੁਹਾਨੂੰ ਮੈਥਮੈਟੀਕਲ ਕੈਲਕੂਲੇਸ਼ਨ ਜਦੋਂ ਕਰਨੀਆਂ ਹੁੰਦੀਆਂ ਤਾਂ ਤੁਸੀਂ ਆਇਓ ਸਟ੍ਰੀਮ ਜਿਹੜੀ ਆ ਉਹਦੇ ਵਿੱਚ ਆਪਣੇ ਮੈਥ ਡੋਟ ਐਚ ਲਗਾਉਂਦੇ ਆ ਹੈਡਰ ਫਾਈਲ। ਸੋ ਇਸ ਕਰਕੇ ਇਹਨਾਂ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪ੍ਰੀ ਪ੍ਰੋਸੈਸਰ ਡਾਇਰੈਕਟਰੀਜ਼ ਕਿਉਂ ਯੂਜ਼ ਕੀਤੀਆਂ ਜਾਂਦੀਆਂ ਹੈਡਰ ਫਾਈਲਸ ਮੀਨਸ। ਸੋ ਨੈਕਸਟ ਹੈਗਾ ਵਟ ਇਜ਼ ਵੇਰੀਏਬਲ ਕੋਨਸਟੈਂਟ ਡੇਟਾ ਟਾਈਪ ਆਪਰੇਟਰਸ। ਹੁਣ ਦੇਖੋ ਵੇਰੀਏਬਲ ਕੀ ਹੁੰਦਾ, ਵੇਰੀਏਬਲ ਕੀ ਯੂਜ਼ ਕਾਹਦੇ ਯੂਜ਼ ਕੀਤਾ ਜਾਂਦਾ, ਵੇਰੀਏਬਲ ਕਿਹਨੂੰ ਕਹਿੰਦੇ ਆ, ਉਹ ਤੁਹਾਨੂੰ ਐਗਜ਼ਾਮਪਲ ਦੇਣ ਨੂੰ ਕਹਿ ਸਕਦੇ ਆ ਕਿ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸੋ ਕਿ ਵੇਰੀਏਬਲ ਕੀ ਹੁੰਦਾ ਆ। ਸੋ ਕੋਨਸਟੈਂਟ ਕੀ ਹੁੰਦਾ ਆ, ਵੇਰੀਏਬਲ ਦਾ ਵੇਰੀਏਬਲ ਇੱਕ ਵਰਡ ਹੋ ਜਾਂਦਾ ਜਿੱਦਾਂ ਕਿ ਹੈਨਾ, ਤੇ ਕੋਨਸਟੈਂਟ ਕੀ ਹੁੰਦਾ ਆ, ਉਸ ਤੋਂ ਬਾਅਦ ਡੇਟਾ ਟਾਈਪਸ ਕਿਹੜੀਆਂ ਕਿਹੜੀਆਂ ਯੂਜ਼ ਕੀਤੀਆਂ ਨੇ, ਜਿਹੜੇ ਤੁਸੀਂ ਇੰਟ, ਕੈਰ, ਵੇਅਰ ਇਹ ਸਾਰੀਆਂ ਯੂਜ਼ ਕਰਦੇ ਆ, ਇਹ ਸਾਰੀਆਂ ਕੀ ਹੁੰਦੀਆਂ ਡੇਟਾ ਟਾਈਪਸ, ਇਹਨਾਂ ਦਾ ਕੀ ਪਰਪਜ਼ ਹੁੰਦਾ। ਔਰ ਇਹ ਤੁਹਾਨੂੰ ਇਹ ਵੀ ਪੁੱਛ ਸਕਦੇ ਆ ਕਿ ਇੰਟ ਦੀ ਰੇਂਜ ਕਿੰਨੀ ਹੁੰਦੀ ਆ, ਹਨਾ, ਉਹ ਤੁਸੀਂ ਛੋਟੀ ਛੋਟੀ ਜਿਹੜੀ ਰੇਂਜ ਆ ਉਹ ਇਹਨਾਂ ਦੀ ਲਰਨ ਜ਼ਰੂਰ ਕਰਨੀ ਆ। ਸੋ ਆਪਣੇ ਕੋਲ ਨੈਕਸਟ ਹੈਗਾ ਆਪਰੇਟਰਸ। ਦੇਖੋ ਆਪਰੇਟਰਸ ਤੁਹਾਨੂੰ ਪੁੱਛੇ ਜਾ ਸਕਦੇ ਕਿ ਕਿਹੜੇ ਕਿਹੜੇ ਆਪਰੇਟਰਸ ਜਿਹੜੇ ਇਹਦੇ ਵਿੱਚ ਯੂਜ਼ ਕੀਤੇ ਜਾਂਦੇ, ਇਹ ਤੁਹਾਡਾ ਬਹੁਤ ਹੀ ਬੇਸਿਕ ਜਿਹਾ ਕਨਸੈਪਟ ਆ, ਸੈਕਿੰਡ ਚੈਪਟਰ ਦੇ ਵਿੱਚ ਇਹ ਤੁਹਾਡਾ ਫਿਨਿਸ਼ ਹੋ ਜਾਂਦਾ ਹੈ, ਡਨ ਹੋ ਜਾਂਦਾ ਆ। ਸੋ ਨੈਕਸਟ ਹੈਗਾ ਆ ਵਟ ਡੂ ਯੂ ਮੀਨ ਬਾਏ ਟਾਈਪ ਕਾਸਟ ਆਪਰੇਟਰ। ਦੇਖੋ ਇਹ ਇੰਪੋਰਟੈਂਟ ਹੁੰਦਾ ਕੁਐਸਚਨ, ਇਹ ਜ਼ਿਆਦਾਤਰ ਬਾਇਓਵੇ ਦੇ ਵਿੱਚ ਪੁੱਛਿਆ ਹੀ ਜਾਂਦਾ ਆ। ਟਾਈਪ ਕਾਸਟ ਆਪਰੇਟਰ ਦੇ ਬਾਰੇ ਤੁਸੀਂ ਜ਼ਰੂਰ ਦੱਸਣਾ ਆ, ਉਸਨੂੰ ਜ਼ਰੂਰ ਪੜ੍ਹ ਕੇ ਜਾਣਾ ਕਿ ਉਹਦਾ ਛੋਟਾ ਜਿਹਾ ਕੋਈ ਪ੍ਰੋਗਰਾਮ ਅਗਰ ਤੁਸੀਂ ਲਰਨ ਕਰ ਸਕਦੇ ਹੋ ਤਾਂ ਦੈਟ ਇਜ਼ ਵੈਰੀ ਗੁੱਡ। ਸੋ ਨੈਕਸਟ ਹੈਗਾ ਆਪਣੇ ਕੋਲ ਐਰੇ ਇਟਸ ਟਾਈਪਸ, ਐਰੇ ਐਂਡ ਇਟਸ ਟਾਈਪਸ। ਠੀਕ ਹੈ, ਐਰੇ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਦੇਖੋ ਜੋ ਵੀ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ ਉਹ ਤੁਹਾਨੂੰ ਬੇਸਿਕ ਬੇਸਿਕ ਤਾਂ ਉਹਦੇ ਬਾਰੇ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਐਗਜ਼ਾਮੀਨਰ ਦੇ ਉੱਤੇ ਡਿਪੈਂਡ ਕਰਦਾ ਕਿ ਐਗਜ਼ਾਮੀਨਰ ਦਾ ਮੂਡ ਕਿਹੋ ਜਿਹਾ ਆ। ਸੋ ਜਿਹੜੇ ਕੁਐਸਚਨਸ ਆ ਇਹ ਸਾਰੇ ਸਾਡੇ ਸਿਲੇਬਸ ਵਿੱਚੋਂ ਤਾਂ ਉਹ ਪੁੱਛੇ ਗਏ। ਸੋ ਇਸ ਕਰਕੇ ਤੁਹਾਨੂੰ ਬੇਸਿਕ ਜਿਹੜੇ ਆ ਉਹ ਸਾਰਾ ਕੁਛ ਜਿਹੜਾ ਉਹਦੇ ਬਾਰੇ ਜ਼ਰੂਰ ਪੜ੍ਹ ਲੈਣਾ ਚਾਹੀਦਾ। ਬਾਕੀ ਅਗਰ ਉਹ ਡੀਪਲੀ ਜਾ ਰਿਹਾ ਆ ਤਾਂ ਉਹ ਉਹਦੀ ਮਰਜ਼ੀ ਹੈ ਐਗਜ਼ਾਮੀਨਰ ਦੀ, ਬਟ ਤੁਸੀਂ ਜਿਹੜਾ ਆ ਉਹਦੇ ਬਾਰੇ ਜ਼ਰੂਰ ਪੜ੍ਹ ਕੇ ਜਾਣਾ। ਹੁਣ ਜੇ ਤੁਸੀਂ ਐਰੇ ਬਾਰੇ ਪੜ੍ਹਿਆ ਤਾਂ ਉਹਦੀਆਂ ਟਾਈਪਸ ਬਾਰੇ ਵੀ ਤਾਂ ਦੇਖੋਗੇ ਕਿ ਉਹਦੀਆਂ ਟਾਈਪਸ ਕਿਹੜੀਆਂ ਕਿਹੜੀਆਂ ਆ। ਸੋ ਉਹਨਾਂ ਟਾਈਪ ਦਾ ਪਰਪਸ ਕੀ ਹੁੰਦਾ, ਤੁਸੀਂ ਇੱਕ ਇੱਕ ਲਾਈਨ ਵੀ ਤੁਸੀਂ ਯਾਦ ਕਰੋਗੇ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਣਾ ਕਿ ਉਹ ਕੀ ਹੁੰਦਾ ਤੇ ਉਹਨਾਂ ਦਾ ਕੀ ਕੰਮ ਹੁੰਦਾ ਆ। ਸੋ ਨੈਕਸਟ ਹੈਗਾ ਆ ਐਰੇ ਆਫ ਸਟ੍ਰਿੰਗਸ। ਦੇਖੋ ਆਪਾਂ ਸਟ੍ਰਿੰਗਸ ਯੂਜ਼ ਕਰਦੇ ਹਾਂ ਇਹਦੇ ਵਿੱਚ C++ ਦੇ ਵਿੱਚ। ਸੋ ਸਟ੍ਰਿੰਗਸ ਤੋਂ ਹੀ ਜਿਹੜਾ ਆ ਆਪਾਂ ਐਰੇ ਆਫ ਸਟ੍ਰਿੰਗਸ ਕਿੱਦਾਂ ਯੂਜ਼ ਕੀਤਾ ਜਾਂਦਾ ਆ ਉਹਦੇ ਬਾਰੇ ਜਿਹੜੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ। ਸੋ ਉਹ ਜ਼ਰੂਰ ਪੜ੍ਹ ਕੇ ਜਾਣਾ। ਸੋ ਨੈਕਸਟ ਹੈਗਾ ਕੰਸਟਰਕਟਰ, ਪੁਆਇੰਟਰ, ਸਟਰਕਚਰ, ਯੂਨੀਅਨ। ਦੇਖੋ ਕੰਸਟਰਕਟਰ ਬਾਰੇ ਤੇ ਪੁਆਇੰਟਰ ਬਾਰੇ ਤਾਂ ਮੇਨ ਆ ਕਿ ਇਹ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ। ਕੰਸਟਰਕਟਰ ਤੇ ਪੁਆਇੰਟਰ ਦਾ ਤਾਂ ਪੱਕਾ ਕੁਐਸਚਨ ਉਹ ਪੁੱਛ ਹੀ ਲੈਂਦੇ ਆ ਜ਼ਿਆਦਾਤਰ। ਸਟਰਕਚਰ ਔਰ ਯੂਨੀਅਨ ਜਿਹੜਾ ਆ ਉਹ ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਬਟ ਤੁਹਾਨੂੰ ਪਤਾ ਹੋਵੇ ਇਹੋ ਹੀ ਮੈਂ ਸੇਮ ਕਹਾਂਗੀ ਕਿ ਐਗਜ਼ਾਮੀਨਰ ਦੇ ਮੂਡ ਤੇ ਡਿਪੈਂਡ ਕਰਦਾ ਕਿ ਉਹਦਾ ਉਹਨੂੰ ਕਿਹੜਾ ਕੁਐਸਚਨ ਪੁੱਟ ਕਰਨ ਦਾ ਮਨ ਆ। ਸੋ ਇਸ ਕਰਕੇ ਤੁਸੀਂ ਆਪਣੇ ਵੱਲੋਂ ਜਿਹੜੀ ਤਿਆਰੀ ਆ ਉਹ ਵਧੀਆ ਹੀ ਕਰਕੇ ਜਾਣੀ ਆ। ਸੋ ਨੈਕਸਟ ਹੈਗਾ ਵਟ ਇਜ਼ ਇਨਹੈਰੀਟੈਂਸ ਐਂਡ ਇਟਸ ਟਾਈਪਸ। ਦੇਖੋ ਆਪਾਂ ਇਨਹੈਰੀਟੈਂਸ ਇੱਥੇ ਵੀ ਦੇਖਿਆ ਸੀਗਾ, ਇਨਹੈਰੀਟੈਂਸ ਇੱਥੇ ਆਪਾਂ ਜਿਹੜਾ ਸੀਗਾ ਬੇਸਿਕ ਜਿਹਾ ਕਨਸੈਪਟ ਸੀਗਾ ਕਿ ਆਪਾਂ ਦੱਸਣਾ ਸੀ ਕਿ C++ ਦੇ ਵਿੱਚ ਉਹਦੀਆਂ ਕਰੈਕਟਰਿਸਟਿਕਸ ਦੇ ਵਿੱਚ, ਮਤਲਬ ਕਿ ਇਹ ਕਿਉਂ ਯੂਜ਼ ਕੀਤਾ ਗਿਆ C++ ਦੇ ਵਿੱਚ, ਕਿਉਂਕਿ ਸੀ ਦੇ ਵਿੱਚ ਇਹ ਯੂਜ਼ ਨਹੀਂ ਹੁੰਦਾ ਸੀਗਾ। ਸੋ ਇਸ ਕਰਕੇ ਇੱਥੇ ਆਪਾਂ ਜਿਹੜਾ ਹੈ ਡਿਟੇਲ ਵਿੱਚ ਦੱਸਦੇ ਹਾਂ ਥੋੜ੍ਹਾ ਜਿਹਾ ਇਨਹੈਰੀਟੈਂਸ ਅਤੇ ਉਹਦੀਆਂ ਟਾਈਪਸ ਬਾਰੇ ਵੀ ਤੁਹਾਨੂੰ ਪੁੱਛ ਸਕਦੇ, ਕਿਉਂਕਿ ਇਹ ਇੰਪੋਰਟੈਂਟ ਕਨਸੈਪਟ ਆ। ਸੋ ਨੈਕਸਟ ਹੈਗਾ ਵਿੱਚ ਅਪਰੋਚ ਇਜ਼ ਯੂਜ਼ਡ ਇਨ ਅ ਓਪਸ। ਦੇਖੋ ਕਿਹੜੀ ਅਪਰੋਚ ਆ ਜਿਹੜੀ ਓਪਸ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਸਿੰਪਲੀ ਦੱਸ ਦਿੰਦੀ ਕਿ ਇਹਦੇ ਵਿੱਚ ਆਪਾਂ ਬੋਟਮ ਅਪ ਅਪਰੋਚ ਜਿਹੜੀ ਆ ਉਹ ਯੂਜ਼ ਕਰਦੇ, ਨਾ ਹਾਈ ਯੂਜ਼ ਕਰਦੇ ਨਾ ਲੋ ਯੂਜ਼ ਕਰਦੇ, ਇਹਦੇ ਵਿੱਚ ਬੋਟਮ ਅਪ ਅਪਰੋਚ ਜਿਹੜੀ ਆ ਉਹ ਯੂਜ਼ ਕੀਤੀ ਜਾਂਦੀ ਆ। ਸੋ ਨੈਕਸਟ ਹੈਗੇ ਆ ਆਈਡੈਂਟੀਫਾਇਰਸ। ਆਈਡੈਂਟੀਫਾਇਰਸ ਕੀ ਹੁੰਦੇ ਆ, ਕੀਵਰਡਸ ਕੀ ਹੁੰਦੇ, ਮਤਲਬ ਜਾਂ ਫਿਰ ਰਿਜ਼ਰਵ ਵਰਡ ਕਹਿ ਸਕਦੇ ਹੋ ਕੀ ਹੁੰਦੇ ਆ, ਉਹ ਤੋਂ ਬਾਅਦ ਵੋਇਡ ਜਿਹੜਾ ਆ ਉਹ ਆਪਾਂ ਕਿਉਂ ਯੂਜ਼ ਕੀਤਾ ਜਾਂਦਾ ਆ। ਸੋ ਇਸ ਕਰਕੇ ਇਹ ਜਿਹੜੇ ਬੇਸਿਕ ਬੇਸਿਕ ਚੀਜ਼ਾਂ ਆ ਇੱਕ ਇੱਕ ਲਾਈਨ ਦੀਆਂ ਹੋਣਗੀਆਂ, ਬਟ ਇਹਦੇ ਨਾਲ ਜਿਹੜੇ ਤੁਹਾਡਾ ਵਾਈ
ਵਧੀਆ ਕਲੀਅਰ ਹੋ ਜਾਵੇਗਾ। ਸੋ ਨੈਕਸਟ ਹੈਗਾ ਆਪਣੇ ਕੋਲ ਪੋਲੀਮੋਰਫਿਜ਼ਮ। ਪੋਲੀਮੋਰਫਿਜ਼ਮ ਕੀ ਹੁੰਦਾ? ਲਾਸਟ ਜਿਹੜਾ ਥਰਡ ਚੈਪਟਰਸ ਦੇ ਵਿੱਚ ਇਹ ਆ ਜਾਂਦਾ ਹੈ। ਪੋਲੀਮੋਰਫਿਜ਼ਮ ਦੇ ਬਾਰੇ ਜਿਹੜੀ ਨੌਲੇਜ ਆ ਉਹ ਇੰਪੋਰਟੈਂਟ ਆ। ਪੋਲੀਮੋਰਫਿਜ਼ਮ ਬਾਰੇ ਪਤਾ ਹੋਵੇਗਾ ਤਾਂ ਤੁਸੀਂ ਉਹਦੇ ਜਿਹੜਾ ਪ੍ਰੋਗਰਾਮ ਵੀ ਜਿਹੜਾ ਡਨ ਕਰ ਸਕਦੇ ਆ। ਸੋ ਨੈਕਸਟ ਹੈਗਾ ਓਵਰਲੋਡਿੰਗ। ਦੇਖੋ ਓਵਰਲੋਡਿੰਗ ਤੋਂ ਪਰਪਸ ਤੋਂ ਹੀ ਪਤਾ ਲੱਗ ਰਿਹਾ ਕਿ ਓਵਰਲੋਡਿੰਗ ਕੀ ਆ। ਹੁਣ ਓਵਰਲੋਡਿੰਗ ਦੇ ਵਿੱਚ ਆਪਣੇ ਕੋਲ ਦੋ ਤਿੰਨ ਤਰ੍ਹਾਂ ਦੇ ਵਿੱਚ ਪ੍ਰੋਗਰਾਮ ਆ ਜਾਂਦੇ। ਇੱਕ ਆ ਜਾਂਦਾ ਆਪਣੇ ਕੋਲ ਇੱਥੇ ਫੰਕਸ਼ਨ ਓਵਰਲੋਡਿੰਗ। ਇੱਕ ਹੋ ਜਾਂਦਾ ਆਪਣੇ ਕੋਲ ਵਰਚੁਅਲ ਓਵਰਲੋਡਿੰਗ। ਇੱਕ ਹੋ ਜਾਂਦਾ ਆਪਣੇ ਕੋਲ ਓਪਰੇਟਰ ਓਵਰਲੋਡਿੰਗ। ਸੋ ਇਹ ਜਿਹੜੇ ਤਿੰਨੇ ਆ, ਮਤਲਬ ਕਿ ਤਿੰਨੇ ਪ੍ਰੋਗਰਾਮ ਆ ਜਿਹੜੇ ਓਵਰਲੋਡਿੰਗ ਦਾ ਕਨਸੈਪਟ ਆ। ਸੋ ਇਹਨਾਂ ਨੂੰ ਵੀ ਤੁਸੀਂ ਜ਼ਰੂਰ ਲਰਨ ਕਰਨਾ ਆ, ਕਿਉਂਕਿ ਓਵਰਲੋਡਿੰਗ ਮੀਨਸ ਇਹ ਜਿਹੜਾ ਸੀ ਪਲੱਸ ਪਲੱਸ ਦੇ ਵਿੱਚ ਇੱਕ ਵਨ ਆਫ ਦਾ ਕੁਐਸਚਨ ਆ ਜਿਹੜਾ ਪੁੱਛਿਆ ਹੀ ਜਾਂਦਾ ਆ। ਆਲਮੋਸਟ ਹਰ ਐਗਜ਼ਾਮ ਜਿਹੜਾ ਵਾਈਵਾ ਦਾ ਸੀ ਪਲੱਸ ਪਲੱਸ ਦਾ ਆ, ਚਾਹੇ ਉਹ ਪੀ ਜੀ ਡੀ ਸੀ ਏ ਦਾ ਹੋਵੇ, ਚਾਹੇ ਉਹ ਬੀ ਸੀ ਏ ਦਾ ਹੋਵੇ, ਚਾਹੇ ਉਹ ਬੀ ਐੱਸ ਸੀ ਦਾ ਹੋਵੇ, ਚਾਹੇ ਉਹ ਕੰਪਿਊਟਰ ਸਾਇੰਸ ਦੇ ਕਿਸੇ ਵੀ ਮਤਲਬ ਕਿ ਕੋਰਸ ਦਾ ਹੋਵੇ। ਸੋ ਉਹਦੇ ਵਿੱਚ ਜਿਹੜਾ ਸੀ ਪਲੱਸ ਪਲੱਸ ਦੇ ਵਿੱਚ ਓਵਰਲੋਡਿੰਗ ਦਾ ਕੁਐਸਚਨ ਜ਼ਰੂਰ ਪੁੱਟ ਕੀਤਾ ਜਾਂਦਾ। ਉਹਦੇ ਵਿੱਚ ਉਹ ਫੰਕਸ਼ਨ ਓਵਰਲੋਡਿੰਗ ਵੀ ਹੋ ਸਕਦਾ, ਓਪਰੇਟਰ ਓਵਰਲੋਡਿੰਗ ਵੀ ਹੋ ਸਕਦਾ, ਵਰਚੁਅਲ ਓਵਰਲੋਡਿੰਗ ਵੀ ਹੋ ਸਕਦਾ। ਇਹਨਾਂ ਵਿੱਚੋਂ ਇੱਕ ਕੁਐਸਚਨ ਜਿਹੜਾ ਉਹ ਜ਼ਰੂਰ ਪੁੱਟ ਕੀਤਾ ਜਾਂਦਾ। ਸੋ ਓਵਰਲੋਡਿੰਗ ਦਾ ਜਿਹੜਾ ਆ ਤੁਸੀਂ ਪ੍ਰੋਗਰਾਮ ਐਂਡ ਉਹਦਾ ਕਨਸੈਪਟ ਜਿਹੜਾ ਜ਼ਰੂਰ ਕਲੀਅਰ ਕਰਕੇ ਜਾਣਾ ਆ। ਸੋ ਇਹਦੇ ਆਪਾਂ ਹੁਣ ਥੋੜ੍ਹੇ ਜਿਹੇ ਪ੍ਰੋਗਰਾਮ ਡਿਸਕਸ ਕਰ ਲੈਂਦੇ ਕਿ ਕਿਹੜੇ ਕਿਹੜੇ ਪ੍ਰੋਗਰਾਮਸ ਜਿਹੜੇ ਆ ਤੁਹਾਨੂੰ ਐਗਜ਼ਾਮਸ ਦੇ ਵਿੱਚ ਪੁੱਛੇ ਜਾ ਸਕਦੇ। ਇਹ ਤਾਂ ਕੁਛ ਕੁਐਸਚਨਸ ਹੋ ਗਏ ਕਿ ਜਿਹੜੇ ਤੁਹਾਨੂੰ ਪੁੱਟ ਕੀਤੇ ਜਾ ਸਕਦੇ, ਐਗਜ਼ਾਮੀਨਰ ਪੁੱਛ ਸਕਦਾ ਆ। ਸੋ ਇਸ ਤੋਂ ਇਲਾਵਾ ਕਿਹੜੇ ਪ੍ਰੋਗਰਾਮਸ ਆ ਜਿਹੜੇ ਤੁਹਾਨੂੰ ਪਲੇ ਕਰਵਾਏ ਜਾ ਸਕਦੇ ਆ, ਪੀ ਸੀ ਦੇ ਉੱਤੇ ਕਿਹੜੇ ਪ੍ਰੋਗਰਾਮ ਜਿਹੜੇ ਤੁਹਾਨੂੰ ਪਲੇ ਕਰਨ ਨੂੰ ਕਹਿ ਸਕਦਾ ਐਗਜ਼ਾਮੀਨਰ ਇੰਪੋਰਟੈਂਟ, ਉਹਨਾਂ ਦੇ ਬਾਰੇ ਆਪਾਂ ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹਾਂ। ਸੋ ਇਹ ਕੁਛ ਪ੍ਰੋਗਰਾਮਸ ਆ, ਇਹਨਾਂ ਦੇ ਬਾਰੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈਗਾ ਫੰਕਸ਼ਨ ਓਵਰਲੋਡਿੰਗ ਦਾ ਪ੍ਰੋਗਰਾਮ। ਸੋ ਫੰਕਸ਼ਨ ਓਵਰਲੋਡਿੰਗ ਦਾ ਪ੍ਰੋਗਰਾਮ ਜੋ ਵੀ ਤੁਸੀਂ ਆਪਣੀ ਕਲਾਸਿਸ ਦੇ ਵਿੱਚ ਅਟੈਂਡ ਕੀਤਾ ਹੋਇਆ ਹੈ, ਇਹਦੇ ਬੇਸ ਦੇ ਉੱਤੇ ਜਿਹੜਾ ਵੀ ਤੁਸੀਂ ਪ੍ਰੋਗਰਾਮ ਪ੍ਰਿਪੇਅਰ ਕੀਤਾ, ਉਸ ਪ੍ਰੋਗਰਾਮ ਨੂੰ ਤੁਸੀਂ ਜਿਹੜਾ ਉੱਥੇ ਲਿਖ ਕੇ ਆਉਣਾ। ਓਪਰੇਟਰ ਓਵਰਲੋਡਿੰਗ ਦੇ ਉੱਤੇ ਕੋਈ ਪ੍ਰੋਗਰਾਮ ਹੋ ਸਕਦਾ ਕਿ ਓਪਰੇਟਰ ਨੂੰ ਓਵਰਲੋਡ ਕਰਕੇ ਦਿਖਾਓ, ਤਾਂ ਸੋ ਤੁਸੀਂ ਉਸਨੂੰ ਵੀ ਕਰਕੇ ਦਿਖਾਉਣਾ ਆ। ਸੋ ਇਹਨਾਂ ਵਿੱਚ ਮਤਲਬ ਇਹਨਾਂ ਵਿੱਚ ਇੱਕ ਪ੍ਰੋਗਰਾਮ ਜਾਂ ਦੋ ਹੋ ਸਕਦੇ ਆ, ਵੱਧ ਤੋਂ ਵੱਧ ਤੁਹਾਨੂੰ ਦਿੱਤੇ ਜਾ ਸਕਦੇ, ਇਸ ਤੋਂ ਜ਼ਿਆਦਾ ਨਹੀਂ ਦਿੱਤੇ ਜਾਂਦੇ ਪ੍ਰੈਕਟੀਕਲ ਵਾਈਵਾ ਦੇ ਵਿੱਚ। ਸੋ ਨੈਕਸਟ ਹੈਗਾ ਸਵਿਚ ਸਟੇਟਮੈਂਟ। ਸਵਿਚ ਸਟੇਟਮੈਂਟ ਦੇ ਨਾਲ ਤੁਸੀਂ ਕੋਈ ਵੀ ਪ੍ਰੋਗਰਾਮ ਹੋ ਸਕਦਾ, ਡੇ ਨਾਲ ਰਿਲੇਟਡ ਹੋ ਸਕਦਾ, ਮੰਥ ਨਾਲ ਰਿਲੇਟਡ ਹੋ ਸਕਦਾ, ਕਲਰ ਨਾਲ ਰਿਲੇਟਡ ਹੋ ਸਕਦਾ। ਸੋ ਉਹਨਾਂ ਦੇ ਵਿੱਚ ਤੁਸੀਂ ਜਿਹੜਾ ਵੀ ਪ੍ਰੋਗਰਾਮ ਜਿਹੜਾ ਆ ਸਵਿਚ ਸਟੇਟਮੈਂਟ ਜਿਹੜੀ ਜਿੱਥੇ ਯੂਜ਼ ਕੀਤੀ ਜਾਂਦੀ ਆ, ਉਹ ਵਾਲਾ ਪ੍ਰੋਗਰਾਮ ਜਿਹੜਾ ਤੁਸੀਂ ਉਹ ਕਰਕੇ ਆਉਣਾ ਆ। ਸੋ ਜ਼ਰੂਰੀ ਨਹੀਂ ਆ ਕਿ ਅਗਰ ਉਹ ਤੁਹਾਨੂੰ ਕੁਐਸਚਨ ਪੁੱਟ ਕਰ ਦਿੰਦੇ ਆ ਕਿ ਤੁਸੀਂ ਆਪਣਾ ਜਿਹੜਾ ਆ ਤੁਸੀਂ ਪ੍ਰੋਗਰਾਮ ਜਿਹੜਾ ਆ ਉਹ ਸਵਿਚ ਸਟੇਟਮੈਂਟ ਦਾ ਲਰਨ ਕਰਕੇ ਗਏ ਆ ਕੋਈ ਕਲਰ ਵਾਲਾ, ਹੈ ਨਾ, ਸਪੋਜ਼ ਕੋਈ ਕਲਰ ਵਾਲਾ ਜਿਹੜਾ ਤੁਸੀਂ ਕਲਰ ਮਤਲਬ ਕਿ ਡਿਸਪਲੇ ਕਰਨਾ ਆ, ਰੈੱਡ ਗ੍ਰੀਨ ਔਰ ਯੈਲੋ, ਤੁਹਾਡੇ ਕੋਲ ਤਿੰਨ ਕਲਰ ਆ, ਇਹਨਾਂ ਤਿੰਨਾਂ ਵਿੱਚੋਂ ਤੁਸੀਂ ਜਿਹੜਾ ਕਲਰ ਉਹਦੇ ਕਲਰ ਕੋਡ ਲਗਾ ਕੇ ਉਹਦੇ ਅਕੋਰਡਿੰਗ ਤੁਸੀਂ ਉਹਨੂੰ ਡਿਸਪਲੇ ਕਰਨਾ ਆ। ਬਟ ਅਗਰ ਤੁਹਾਨੂੰ ਉਹ ਕੁਐਸਚਨ ਉੱਥੇ ਪਾ ਦਿੰਦੇ ਆ ਕਿ ਤੁਸੀਂ ਵੀਕ ਦੇ ਮਤਲਬ ਕਿ ਆਪਣੇ ਡੇਜ਼ ਨੂੰ ਜਿਹੜਾ ਹੈ ਡਿਫਾਈਨ ਕਰੋ, ਮੰਡੇ ਟੂ ਸੈਟਰਡੇ ਤੱਕ ਜਿਹੜੇ ਡੇਜ਼ ਆਉਂਦੇ ਆ ਉਹਨਾਂ ਸਾਰੇ ਡੇਜ਼ ਨੂੰ ਸੰਡੇ ਤੱਕ ਉਹਨਾਂ ਨੂੰ ਤੁਸੀਂ ਡਿਸਪਲੇ ਕਰਨਾ ਆ। ਸੋ ਉਹਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਉਹ ਵੀ ਪ੍ਰੋਗਰਾਮ ਜਿਹੜਾ ਹੈ ਸਵਿਚ ਸਟੇਟਮੈਂਟ ਨਾਲ ਹੋਣਾ, ਕਲਰ ਵਾਲਾ ਵੀ ਸਵਿਚ ਨਾਲ ਹੀ ਹੋਣਾ ਆ। ਸੋ ਇਸੇ ਤਰ੍ਹਾਂ ਮਤਲਬ ਕਿ ਤੁਸੀਂ ਕਨਫਿਊਜ਼ ਨਹੀਂ ਹੋਣਾ, ਤੁਹਾਨੂੰ ਸਿਰਫ ਸਵਿਚ ਦਾ ਜਿਹੜਾ ਆ ਉਹਦਾ ਕਨਸੈਪਟ ਕਲੀਅਰ ਹੋਣਾ ਚਾਹੀਦਾ। ਸੋ ਇਸੇ ਤਰ੍ਹਾਂ ਮਤਲਬ ਕਿ ਤੁਹਾਨੂੰ ਇਹ ਕਨਸੈਪਟ ਕਲੀਅਰ ਹੋਣੇ ਚਾਹੀਦੇ, ਪ੍ਰੋਗਰਾਮ ਤੁਸੀਂ ਉਹਦੇ ਅਕੋਰਡਿੰਗ ਜਿਹੜਾ ਆ ਉਸ ਸਟੇਟਮੈਂਟ ਦੇ ਵਿੱਚ ਬਸ ਕਲਰ ਦੀ ਥਾਂ ਦੇ ਉੱਤੇ ਤੁਸੀਂ ਸਿਰਫ ਡੇ ਲਿਖਣਾ ਹੁੰਦਾ ਆ ਕਿ ਸੰਡੇ ਆ ਜਾਂ ਮੰਡੇ ਜਾਂ ਉਸ ਤੋਂ ਇਲਾਵਾ ਜਿਹੜਾ ਵੀ ਵੀਕਲੀ ਤੁਸੀਂ ਜਿੰਨੇ ਵੀ ਡੇ ਲੈ ਰਹੇ ਹੋ। ਸੋ ਉਹਦੇ ਅਕੋਰਡਿੰਗ ਨੈਕਸਟ ਹੈਗਾ ਫਾਇੰਡ ਏ ਪ੍ਰਾਈਮ ਨੰਬਰ। ਹੁਣ ਪ੍ਰਾਈਮ ਨੰਬਰ ਸਿੱਧਾ ਹੀ ਪ੍ਰੋਗਰਾਮ ਆਏ ਤਾਂ ਕਿ ਤੁਸੀਂ ਪ੍ਰਾਈਮ ਨੰਬਰ ਫਾਇੰਡ ਆਊਟ ਕਰਨਾ ਆ। ਸੋ ਇਹ ਵੀ ਜਿਹੜਾ ਪ੍ਰੋਗਰਾਮ, ਚੈੱਕ ਦਾ ਵੈਦਰ ਦਾ ਨੰਬਰ ਇਜ਼ ਪੈਲਿੰਡ੍ਰੋਮ ਔਰ ਨੋਟ ਹੈ, ਪੈਲਿੰਡ੍ਰੋਮ ਹੈਗਾ ਆ ਜਾਂ ਨਹੀਂ ਹੈਗਾ ਆ। ਸੋ ਇਹ ਵੀ ਪ੍ਰੋਗਰਾਮ ਜਿਹੜੇ ਆਪਣੇ ਸਟੇਟਮੈਂਟਸ ਦੇ ਵਿੱਚ ਹੀ ਆ ਜਾਂਦੇ ਆ, ਜਿਹੜੀਆਂ ਆਪਾਂ ਕੰਟਰੋਲ ਸਟੇਟਮੈਂਟ ਸਾਰੀਆਂ ਪੜ੍ਹੀਆਂ ਹੋਈਆਂ ਉਹਨਾਂ ਸਟੇਟਮੈਂਟਸ ਦੇ ਵਿੱਚ ਹੀ ਜਿਹੜੇ ਸਾਰੇ ਪ੍ਰੋਗਰਾਮਸ ਹੋ ਜਾਂਦੇ ਆ ਡਨ। ਸੋ ਫਾਇੰਡ ਫੈਕਟੋਰੀਅਲ ਆਫ ਏ ਨੰਬਰ, ਫੈਕਟੋਰੀਅਲ ਕਿਸੇ ਨੰਬਰ ਦਾ ਜਿਹੜਾ ਫਾਇੰਡ ਆਊਟ ਕਰਨਾ ਆ। ਸੋ ਉਹਦਾ ਕੋਈ ਪ੍ਰੋਗਰਾਮ ਜਿਹੜਾ ਜੀ ਤੁਸੀਂ ਆਪਣੀ ਕਲਾਸਿਸ ਦੇ ਵਿੱਚ ਡਨ ਕਰ ਚੁੱਕੇ ਹੋ, ਉਹਦੇ ਨਾਲ ਰਿਲੇਟਡ ਜਿਹੜਾ ਹੈ ਉਹ ਤੁਹਾਨੂੰ ਪਾ ਸਕਦੇ ਆ। ਸੋ ਤੁਸੀਂ ਉਹ ਫਾਇੰਡ ਆਊਟ ਕਰਕੇ ਦਿਖਾਉਣਾ। ਨੈਕਸਟ ਹੈਗਾ ਸਵੈਪ ਟੂ ਨੰਬਰ ਯੂਜ਼ਿੰਗ ਸਟ੍ਰਿੰਗਸ। ਯੂਜ਼ਿੰਗ ਸਟ੍ਰਿੰਗਸ ਵੀ ਹੋ ਸਕਦਾ, ਯੂਜ਼ਿੰਗ ਪੁਆਇੰਟਰ ਵੀ ਹੋ ਸਕਦਾ ਹੈ। ਸੋ ਮੈਂ ਇੱਥੇ ਔਰ ਪੁਆਇੰਟਰ ਵੀ ਕਰ ਦਿੰਦੀ ਹਾਂ, ਕਿਉਂਕਿ ਪੁਆਇੰਟਰ ਦੇ ਨਾਲ ਵੀ ਤੁਹਾਨੂੰ ਸਟ੍ਰਿੰਗ ਜਿਹੜੇ ਆ ਸਵੈਪ ਕਰਨ ਨੂੰ ਨੰਬਰ ਕਹਿ ਸਕਦੀ ਆ, ਸਿੰਪਲ ਵੀ ਹੋ ਸਕਦਾ ਹੈ ਔਰ ਸਟ੍ਰਿੰਗ ਦੇ ਨਾਲ ਵੀ ਹੋ ਸਕਦਾ ਆ। ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ ਕਿ ਨੰਬਰਸ ਨੂੰ ਹੀ ਸਵੈਪ ਕਰਵਾਉਣਾ ਆ, ਬਸ ਉਹ ਜ਼ਿਆਦਾ ਸਟ੍ਰਿੰਗਸ ਦੇ ਨਾਲ ਹੋ ਸਕਦਾ ਜਾਂ ਪੁਆਇੰਟਰ ਦੇ ਨਾਲ ਜਾਂ ਫਿਰ ਸਿੰਪਲ ਹੋ ਸਕਦਾ ਆ। ਨੈਕਸਟ ਹੈਗਾ ਫਾਇੰਡ ਏ ਮੰਥ ਔਰ ਡੇ ਯੂਜ਼ਿੰਗ ਕਲਾਸ। ਹੁਣ ਦੇਖੋ ਇੱਥੇ
ਇਹ ਮੈਂ ਇੱਥੇ ਮੰਥ ਔਰ ਡੇ ਦੀ ਗੱਲ ਕਰ ਰਹੀ ਸੀ ਸਵਿਚ ਦੇ ਵਿੱਚ। ਹੁਣ ਤੁਸੀਂ ਕਨਫਿਊਜ਼ ਨਹੀਂ ਹੋਣਾ ਹੈਗਾ ਕਿ ਇੱਥੇ ਸਵਿਚ ਸਟੇਟਮੈਂਟ ਲਗਾ ਕੇ ਹੀ ਜਿਹੜਾ ਅਸੀਂ ਉਹਨੂੰ ਸੋਲਵ ਕਰਨਾ ਆ। ਸੋ ਇੱਥੇ ਯੂਜ਼ਿੰਗ ਕਲਾਸ ਕੀ ਆ, ਇਟ ਮੀਨਸ ਤੁਸੀਂ ਇੱਥੇ ਜਿਹੜਾ ਆ ਕਲਾਸ ਜਿਹੜਾ ਆਪਰੇਟਰ ਆ ਉਹ ਯੂਜ਼ ਕਰਕੇ ਸੋਰੀ ਕਲਾਸ ਯੂਜ਼ ਕਰਕੇ ਉਸ ਤੋਂ ਬਾਅਦ ਵਿੱਚ ਜਿਹੜਾ ਤੁਸੀਂ ਆਪਰੇਟਰ ਯੂਜ਼ ਕਰੋਗੇ ਉਹ ਦਿਸ ਆਪਰੇਟਰ ਆ ਜਿਹਦੇ ਨਾਲ ਕਿ ਜਿਹੜਾ ਤੁਸੀਂ ਮੰਥ ਔਰ ਡੇ ਜਿਹੜਾ ਫਾਈਂਡ ਆਊਟ ਕਰੋਗੇ। ਸੋ ਇਹ ਪ੍ਰੋਗਰਾਮ ਵੀ ਆਈ ਹੋਪ ਤੁਸੀਂ ਕਰ ਚੁੱਕੇ ਹੋਵੋਗੇ ਤੇ ਉਹਨਾਂ ਨੂੰ ਤੁਸੀਂ ਪਲੇ ਕਰ ਸਕਦੇ ਹੋ ਈਜ਼ੀਲੀ। ਸੋ ਨੈਕਸਟ ਹੈਗਾ ਕਾਲ ਬਾਏ ਵੈਲਿਊ ਔਰ ਕਾਲ ਬਾਏ ਰੈਫਰੈਂਸ। ਸੋ ਇਹ ਜਿਹੜੇ ਪ੍ਰੋਗਰਾਮਸ ਆ ਇਹ ਦੋਨੋਂ ਬਹੁਤ ਹੀ ਇੰਪੋਰਟੈਂਟ ਹੁੰਦੇ ਆ, ਇਹ ਤੁਹਾਡੇ ਥਿਊਰੀ ਦੇ ਵਿੱਚ ਵੀ ਬਹੁਤ ਇੰਪੋਰਟੈਂਟ ਹੁੰਦੇ ਆ ਦੋਨੋਂ ਹੀ। ਸੋ ਇਹਨਾਂ ਨੂੰ ਜਿਹੜਾ ਲਰਨ ਜ਼ਰੂਰ ਕਰਕੇ ਜਾਣਾ, ਕਾਲ ਬਾਏ ਵੈਲਿਊ ਦਾ ਵੀ ਔਰ ਕਾਲ ਬਾਏ ਰੈਫਰੈਂਸ ਦਾ ਵੀ ਜਿਹੜਾ ਪ੍ਰੋਗਰਾਮ ਆ। ਸੋ ਉਹ ਵੀ ਇੱਕ ਤਰ੍ਹਾਂ ਦਾ ਸਵੈਪਿੰਗ ਵਾਲੇ ਹੁੰਦੇ ਪ੍ਰੋਗਰਾਮਸ ਜਿਹਦੇ ਵਿੱਚ ਵੈਲਿਊਜ਼ ਨੂੰ ਸਵੈਪ ਕਰਵਾਉਣਾ ਹੁੰਦਾ ਆ। ਸੋ ਇਹਨਾਂ ਨੂੰ ਵੀ ਜ਼ਰੂਰ ਲਰਨ ਕਰਕੇ ਜਾਓ। ਇੱਕ ਕਨਸੈਪਟ ਹੁੰਦਾ ਫਰੈਂਡ ਫੰਕਸ਼ਨ। ਫਰੈਂਡ ਫੰਕਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਫਰੈਂਡ ਫੰਕਸ਼ਨ ਕੀ ਹੁੰਦਾ ਆ, ਵਰਚੁਅਲ ਫੰਕਸ਼ਨ ਕੀ ਹੁੰਦਾ ਆ। ਸੋ ਇਹਨਾਂ ਦੇ ਬਾਰੇ ਜਿਹੜੀ ਆ ਤੁਸੀਂ ਜ਼ਰੂਰ ਜਾਣਕਾਰੀ C++ ਦੇ ਵਿੱਚ ਲੈ ਕੇ ਜਾਣੀ ਆ। ਸੋ ਆਈ ਹੋਪ ਕਿ ਤੁਹਾਡਾ ਜਿਹੜਾ ਵਾਈਵਾ ਆ ਪ੍ਰੈਕਟੀਕਲ ਆ C++ ਦਾ ਬਹੁਤ ਹੀ ਵਧੀਆ ਹੋਵੇ। ਤੇ ਮਿਲਦੇ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ।